मैं कर देना छोड़, नहीं कर दूंगी कोई ना यार। नहीं नहीं दे दे दे, और रहन दे ये सब्जियां कर दे रहन दे, बाद चो सारे कहंदे हैं शिवम तो काम बहुत करांदी है इन्हें, ये जनानी ने तो चूस लिया बंदे का खून सारा। नहीं नहीं यार, अगर स्नेहा नु कह दे भरा तू ना बनाया कर, ठीक है स्नेहा यार तू मेरे घरे आनी है ना, आपा दोनों ने घरे अंदर बैठ के रूम च मारनिया गल्ला, तू टेंशन नहीं ले रही, काम सारा शिवम ने कर। जा जा आ वे लो फिर तो, हां तेरे मुंगी वो सही कहंदे है। घबराहट हो रही है, क्यों पता नहीं किदा का बनया, टेस्ट करके देखो। सत श्री अकाल जी सारे नूं ते वेलकम बैक टू आवर यूट्यूब चैनल। होप गाइस तुसी सारे जने वधिया होवोगे। अज मैं जिहड़ी रेसिपी लियाण लगी आ ये आपां तीन चार दिन तो सोचदे सी कि आपां बनाईए, ते अज फाइनली ओह टाइम आ ही गया। अज आपां बनाउण लगे सीगे बैंगन दा परथा, तुहानूं थंबनेल तो पता लग गया होगा जो कि मेरा फेवरेट आ, शिवम दा फेवरेट है, मेरा बहुत ज्यादा फेवरेट है। पर इत्थे ना सिर्फ ये प्रॉब्लम आंदी है कि गैस दूसरी हैगी है, तुहानूं पता ही है आ वाली गैस हैगी है इलेक्ट्रिसिटी वाली, सो इस करके थोड़े आ जिहड़े आपां बैंगन भुनने आ उहनां च प्रॉब्लम आंदी है। हुण सारिआं दा अपना अपना तरीका हुंदा, हुण जिहड़े साडे के जिद्दां मेरे उधर वाले घरे मायके मेरे मम्मा किद्दां बनांदे आ बैंगन बॉयल करके बनांदे आ, ते इधर वाले घरे आपां डायरैक्ट गैस ते रख के उहनूं भुन के बनांदे आ, सो उहनूं उहदे बहुत सारे तरीके हैगे। इत्थे कैनेडा आ के आपां इक वारी बनाया सी कि माइक्रोवेव दे विच रखता 5 मिंट, उहदे नाल सानूं पता नहीं सी ਇਹ ਤਰੀਕਾ ਵੀ ਮੈਨੂੰ ਕਿਸੇ ਨੇ ਦੱਸਿਆ ਸੀਗਾ, ਫਿਰ ਆਪਾਂ ਮਾਈਕ੍ਰੋਵੇਵ 'ਚ ਬਣਾਇਆ ਸੀ। ਹੁਣ ਇਸ ਟਾਈਮ ਸਾਡੇ ਕੋਲ ਘਰੇ ਮਾਈਕ੍ਰੋਵੇਵ ਨਹੀਂ ਹੈਗਾ, ਸੋ ਅੱਜ ਆਪਾਂ ਐਕਸਪੈਰੀਮੈਂਟ ਹੀ ਕਰਨ ਲੱਗੇ ਹਾਂ, ਟਰਾਈ ਨਹੀਂ ਕਦੇ ਕੀਤਾ, ਆਹੀ ਵਾਲੀ ਗੈਸ 'ਤੇ ਆਪਾਂ ਇਹਨੂੰ ਭੁੰਨਾਂਗੇ, ਅਤੇ ਉਹਦੇ ਲਈ ਵੀ ਮੈਂ ਤੁਹਾਨੂੰ ਦੱਸਾਂਗੀ ਆਪਾਂ ਕਿੱਦਾਂ ਕਰਾਂਗੇ। ਤੁਸੀਂ ਅੱਗੇ ਅੱਗੇ ਵਲੋਗ ਨਾਲ ਜੁੜੇ ਰਹੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਵੀ। ਅਤੇ ਅੱਜ ਤੁਸੀਂ ਸਾਰੇ ਜਣੇ ਸੋਚਦੇ ਹੋਗੇ ਕਿ ਮੈਂ ਸ਼ੈੱਫ ਨਹੀਂ ਬਣੀ, ਮੈਂ ਐਪਰਨ ਵੀ ਪਾਇਆ, ਸੋ ਕੀ ਦੱਸੀਏ ਹੁਣ, ਇੱਕ ਟੀ-ਸ਼ਰਟ ਵੀ ਮੇਰੀ ਪਾਈ ਹੈ, ਆ ਵੀ ਦੱਸ ਦੇ, ਤੇ ਮੈਂ ਆਪਣਾ ਟੌਪ ਥੋੜੀ ਪਾਣਾ ਸੀ। ਹਾਂ ਹੁਣ ਪਤਾ ਨਾ ਗੰਦੇ ਹੋਣੇ ਕੱਪੜੇ, ਤੇ ਮੇਰੀ ਪਾਣਾ ਮੇਰੇ ਕੋਲ ਇੱਕੋ ਐਪਰਨ ਹੈ, ਬਹੁਤ ਤੇਜ਼ ਹੈਗੀ ਵੈਸੇ, ਸਹੀ ਕਹਿੰਦੇ ਆ, ਕਹਿੰਦੇ ਯਾਰ ਮੈਨੂੰ ਬਹੁਤ ਮਜ਼ਾ ਆਇਆ, ਸਹੀ ਕਿਹਾ ਸੀ ਸਾਰੇ ਕਹਿੰਦੇ ਇਹ ਤਾਂ ਆਪਣੇ ਘਰ ਵਾਲੇ ਦਾ ਖੂਨ ਹੀ ਚੂਸ ਗਈ। ਨਹੀਂ ਨਹੀਂ ਯਾਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਬਸ ਕੰਮ ਇੱਕੋ ਕਰਾਉਂਦੀ ਰਹਿੰਦੀ ਆ, ਬਹੁਤ ਤੇਜ਼ ਹੈਗੀ ਇਸ ਮਾਮਲੇ 'ਚ। ਇਹਨੂੰ ਤੇਜ਼ ਨਹੀਂ ਕਹਿੰਦੇ, ਇਹਨੂੰ ਕੀ ਕਹਿੰਦੇ ਆ, ਇਹਨੂੰ ਤੇਜ਼ ਨਹੀਂ ਕਹਿੰਦੇ, ਇਹਨੂੰ ਕੀ ਕਹਿੰਦੇ ਆ, ਐਕਟਿਵ। ਹਾਂ ਐਕਟਿਵ ਹੈਗੀ ਆ, ਤੇਜ਼ ਨਹੀਂ ਮੈਂ ਕਹਿੰਦਾ, ਐਕਟਿਵ ਹੈਗੀ ਪਰ ਇਹ। ਤੇ ਚਲੋ ਐਪਰਨ ਧੋਣ ਨੂੰ ਪਿਆ ਸੀਗਾ, ਲਾਂਡਰੀ ਕਰਨ ਵਾਲੀ ਆ, ਸੋ ਮੈਂ ਕਿਹਾ ਚੱਲ ਗੰਦਾ ਐਪਰਨ ਕਿਉਂ ਪਾਣਾ ਵਾ ਵਾਸ਼ ਕਰਨ ਵਾਲਾ, ਫਿਰ ਮੈਂ ਕਿਹਾ ਅੱਜ ਚਲੋ ਕਰੀਏ ਸਟਾਰਟ ਕਰਦੇ ਆ। ਸ਼ਿਵਮ ਦੀ ਟੀ-ਸ਼ਰਟ ਪਾਈ ਆ, ਛਿੜ ਛੁੜ ਪੈ ਵੀ ਗਈ, ਕੋਈ ਚੱਕਰ ਨਹੀਂ, ਆਪਣਾ ਬਾਬਾ ਕੋਈ ਟੌਪ ਨਹੀਂ ਪਾਇਆ। ਚਲੋ ਹੁਣ ਕਰੀਏ ਸਟਾਰਟ ਫਿਰ। ਚਲੋ ਸਭ ਤੋਂ ਪਹਿਲਾਂ ਆਪਾਂ ਬੈਂਗਣ ਭੁੰਨਦੇ ਆ, ਤੇ ਚਲੋ ਬਾਕੀ ਪਲੀਜ਼ ਯਾਰ ਸਾਨੂੰ ਕਮੈਂਟ ਦੇ ਵਿੱਚ ਤਰੀਕਾ ਦੱਸਿਓ ਕਿ ਇਹ ਤੋਂ ਇਲਾਵਾ ਬੈਂਗਣ ਦਾ ਕਿਹੜਾ ਹੋਰ ਤਰੀਕਾ ਹੈਗਾ। ਸਾਨੂੰ ਤਾਂ ਇਹੀ ਸੋਚ ਰਿਹਾ ਮਾਈਕ੍ਰੋਵੇਵ ਹੈਗਾ ਨਹੀਂ ਤੇ ਗੈਸ ਦੂਜੀ ਆ, ਜੇ ਕਿਸੇ ਕੋਲ ਕੋਈ ਆਈਡੀਆ ਹੈਗਾ ਤੇ ਦੱਸੋ, ਆਪਾਂ ਨੈਕਸਟ ਟਾਈਮ ਉਹੀ ਅਪਣਾਵਾਂਗੇ, ਕਿਉਂਕਿ ਇਹਨੂੰ ਟਾਈਮ ਬਹੁਤ ਲੱਗਣਾ ਗੈਸ ਤੇ, ਸਾਨੂੰ ਪਤਾ ਹੈ। ਆਹ ਵਾਲੀ ਗ੍ਰਿਲ ਲੈ ਕੇ ਆਏ ਸੀਗੇ, ਨੋਰਮਲੀ ਵਾਲਮਾਰਟ ਵਗੈਰਾ ਤੋਂ ਮਿਲ ਜਾਂਦੀ ਆ, ਤੇ ਗਰੋਸਰੀ ਸਟੋਰ ਕਿਤੇ ਵੀ ਜਾਓ ਤੁਹਾਨੂੰ ਮਿਲ ਜੂਗੀ, ਤੇ ਇਹਦੇ ਉੱਤੇ ਆਪਾਂ ਰੱਖਿਆ ਕਿਉਂਕਿ ਇਹਨੂੰ ਆਪਾਂ ਡਾਇਰੈਕਟ ਗੈਸ ਤੇ ਨਹੀਂ ਰੱਖ ਸਕਦੇ, ਇਹਨੇ ਸੜ ਜਾਣਾ ਵਾ। ਮੈਨੂੰ ਨਾ ਇੰਡੀਆ ਵਾਲੀ ਗੈਸ ਦੀ ਬਹੁਤ ਯਾਦ ਆ ਰਹੀ ਆ ਹੁਣ, ਕਿਉਂਕਿ ਉਹ ਤੇ ਭੁੰਨੀ ਦਾ ਸੀ ਨਾ, ਟਾਈਮ ਨਹੀਂ ਲੱਗਦਾ, ਇਹ ਤੇ ਟਾਈਮ ਲੱਗ ਜਾਣਾ ਕਿਉਂਕਿ ਇੱਕ ਹੈ ਵੀ ਇੱਕੋ ਆ ਤੇ ਬੈਂਗਣ ਹੈਗੇ ਆਪਣੇ ਚਾਰ। ਹਾਂ ਤੇ ਇਹਨੂੰ ਵਾਰੀ ਵਾਰੀ ਕਰਨਾ ਪੈਣਾ ਵਾ, ਤੇ ਇਹ ਵੀ ਡਰ ਲੱਗ ਰਿਹਾ ਕਿ ਹੋ ਜਾਊਗਾ ਕਿਉਂਕਿ ਫਸਟ ਟਾਈਮ ਟਰਾਈ ਕਰਦੇ ਪਏ ਆ। ਕੋਈ ਨਾ ਹੋ ਜਾਊਗਾ, ਮੇਰੇ ਹਿਸਾਬ ਨਾਲ ਤੇ ਹੋ ਜਾਊਗਾ। ਉਹੀ ਹੋਇਆ ਜਿਹੜੀ ਚੀਜ਼ ਦਾ ਡਰ ਸੀਗਾ, ਮੈਂ ਸੋਚ ਰਹੀ ਸੀ ਇਹੀ ਸਾਰੇ ਕਹਿੰਦੇ ਆ ਕਿ ਆਹ ਗੈਸ ਤੇ ਨਹੀਂ ਬਣਦਾ ਭਰਥਾ, ਆਪਾਂ ਕਿਹਾ ਚੱਲ ਆਪਾਂ ਇੱਕ ਵਾਰ ਟਰਾਈ ਕਰਦੇ ਆ, ਬਟ ਦੇਖੋ ਸਾਰਾ ਬਲੈਕ ਬਲੈਕ ਹੋ ਗਿਆ, ਇਹ ਹੁਣ ਆਪਾਂ ਨੂੰ ਸਾਰਾ ਕਲੀਨ ਕਰਨਾ ਪੈਣਾ, ਤੇ ਆਪਾਂ ਇਹ ਛੱਡ ਕੇ ਫਿਰ ਹੁਣ ਆਪਾਂ ਬਣਾਉਣ ਲੱਗੇ ਆ ਬੋਇਲ ਕਰਕੇ, ਸੋ ਇਹਨੂੰ ਆਪਾਂ ਸਾਰਾ ਛਿਲਤਾ, ਨਹੀਂ ਤੇ ਸਾਨੂੰ ਮਾਈਕ੍ਰੋਵੇਵ ਲਿਆਉਣਾ ਪੈਣਾ ਹੁਣ। ਲਿਆਉਣਾ ਵਾ ਓਕੇ, ਮਾਈਕ੍ਰੋਵੇਵ 'ਚ ਤਾਂ 5 ਮਿੰਟ ਦਾ ਕੰਮ ਹੈ, 5 ਮਿੰਟ 5 ਨਹੀਂ 10 ਮਿੰਟ ਦਾ, ਦੋ ਇੱਕ ਬੈਂਗਰ ਹੋ ਜਾਂਦਾ 5 ਮਿੰਟਸ 'ਚ, ਤੇ ਇੱਕ ਇੰਨਾ ਕ ਚਾਰ ਹੈਗੇ। ਹਾਂ ਤੇ 5 ਮਿੰਟ ਦੀ ਟਾਈਮਿੰਗ ਲਾਓ, ਤਿਆਰ ਪਰਥਾ ਨਹੀਂ ਤਿਆਰ, ਬਸ ਬੈਂਗਰ ਹੋ ਜਾਂਦਾ ਵਾ। ਚਲੋ ਹੁਣ ਇਹ ਛਿਲਣ, ਛਿਲਣ ਨੂੰ ਇਹ ਅੱਗੇ ਹੋ ਜਾਂਦੇ ਆਪੇ, ਮੈਂ ਇਹਨਾਂ ਨੂੰ ਕੁਛ ਨਹੀਂ ਗਿਆ, ਇਹ ਦੱਸ ਤੇ ਕੋ ਹੋਣਾ ਨਹੀਂ ਸੀ ਆਹ ਦਾ ਕੰਮ, ਠੀਕ ਹੈ ਜੀ, ਨਹੀਂ ਹੁੰਦੇ ਆਦੇ ਮਾਹਰ ਕਰਦੇ ਆ ਜਿੱਕ ਜਿੱਕ। ਗਾਈਸ ਆਪਾਂ ਬੈਂਗਰ ਨੂੰ ਛੋਟੇ ਛੋਟੇ ਪੀਸ ਚ ਕੱਟ ਲਿਆ ਵਾ, ਤੇ ਹੁਣ ਆਪਾਂ ਕੁੱਕਰ ਚ ਇਹਨੂੰ ਬੋਇਲ ਕਰਾਂਗੇ, ਇਹ ਚ ਆਪਾਂ ਪਾਵਾਂਗੇ ਥੋੜਾ ਜਿਹਾ ਆਇਲ, ਤੇ ਨਾਲ ਹੀ ਥੋੜਾ ਜਿਹਾ ਪਾਣੀ, ਮੈਂ ਇੰਨਾ ਕੀ ਪਾਣੀ ਲਿੱਤਾ,
ਡਰਦੀ ਮੈਂ ਕਿਹਾ ਤੇਰੀ ਨਾ। ਪਾਪਾ ਹੁਣ ਸਾਰੇ ਬੈਂਗਣ ਦੇ ਪੀਸ ਇਹ ਚ ਪਾ ਦਾਂਗੇ ਤੇ ਇਹਨੂੰ ਸਿਰਫ ਇੱਕ ਵਿਸਲ ਦੀ ਲੋੜ ਆ, ਇੱਕ ਜਾਂ ਹਾਰਡਲੀ 2 ਵਿਸਲ ਦੀ ਲੋੜ ਆ, ਫਿਰ ਉਸ ਤੋਂ ਬਾਅਦ ਇਹ ਹੋ ਜਾਂਦਾ। ਤੇ ਆਪਾਂ ਹਾਫ ਹਾਫ ਕਰਕੇ ਬੋਇਲ ਕਰਾਂਗੇ ਬਿਕੋਜ਼ ਬੈਂਗਣ ਜ਼ਿਆਦਾ ਹੈਗੇ ਆ ਤੇ ਕੁੱਕਰ ਛੋਟਾ ਵਾ, ਸੋ ਆਪਾਂ ਅੱਧੇ ਪਹਿਲਾਂ ਕਰ ਲਈਏ ਤੇ ਉਸ ਤੋਂ ਬਾਅਦ ਬਾਕੀ। ਹੁਣ ਇਹਨੂੰ ਵਿਸਲ ਆ ਜਾਵੇ, ਆਪਾਂ ਵੈਸੇ 2 ਵਿਸਲ ਲਗਵਾ ਲਾਂਗੇ ਬਹੁਤ ਹੈਗੀਆਂ, ਫਿਰ ਆਪਾਂ ਬਾਕੀ ਦੇ ਵੀ ਬੋਇਲ ਕਰਦੇ ਆ। ਬਸ ਇਹੀ ਚੀਜ਼ ਨੂੰ ਟਾਈਮ ਲੱਗਦਾ ਪਿਆ, ਤੜਕੇ ਨੂੰ ਤਾਂ ਟਾਈਮ ਹੀ ਨਹੀਂ ਲੱਗਣਾ ਤੁਹਾਨੂੰ ਪਤਾ ਹੀ ਆ, ਤੜਕਾ ਤਾਂ ਸੇਮ ਹੀ ਹੁੰਦਾ ਆਲਮੋਸਟ। ਫਾਈਨਲੀ ਗਾਈਸ ਬੈਂਗਣ ਹੋ ਚੁੱਕੇ ਸੀਗੇ ਡਨ ਤੇ ਇਹਨਾਂ ਨੂੰ ਬਹੁਤ ਟਾਈਮ ਲੱਗਾ, ਚਲੋ ਹੋ ਹੀ ਗਏ। ਬਾਕੀ ਇਹ ਸਾਰੀਆਂ ਚੀਜ਼ਾਂ ਆਪਾਂ ਯੂਜ਼ ਕਰਾਂਗੇ, ਪਿਆਜ਼ ਟਮਾਟਰ ਹਰੀ ਮਿਰਚ ਅਤੇ ਆਪਾਂ ਮਟਰ ਵੀ ਪਾਵਾਂਗੇ। ਮਟਰ ਆਪਸ਼ਨਲ ਹੈਗੇ ਆ, ਕਈ ਪਾਉਂਦੇ ਆ ਭੱਠੇ 'ਚ ਕਈ ਨਹੀਂ ਪਾਉਂਦੇ, ਸਾਨੂੰ ਵਧੀਆ ਲੱਗਦੇ ਆਪਾਂ ਪਾਉਂਦੇ ਹਾਂ। ਇੱਧਰ ਜਿੰਜਰ ਗਾਰਲਿਕ ਪੇਸਟ ਆ ਜਿਹੜੀ ਹੋਮ ਮੇਡ ਆ, ਆਪਾਂ ਆਪ ਘਰੇ ਬਣਾਈ ਆ, ਇਹ ਪਿਓਰ ਹੈਗੀ ਆ। ਅਤੇ ਬਾਕੀ ਆਪਣੇ ਜਿਹੜੇ ਮਸਾਲੇ ਹੈਗੇ ਆ, ਅਤੇ ਹੁਣ ਆਪਾਂ ਲਾਉਂਦੇ ਹਾਂ ਤੜਕਾ। ਚਲੋ ਨਹੀਂ ਤੜਕਾ ਲਾਉਂਦੇ ਹਾਂ, ਹੈ ਆ ਪਿਆਜ਼ ਅਤੇ ਟਮਾਟਰ ਅਤੇ ਆ ਮਿਰਚਾਂ ਕਿੰਨੇ ਕੱਟਣੀਆਂ ਅਸੀਂ? ਤੁਸੀਂ ਲਾਉਂਦੇ ਹਾਂ ਤੜਕਾ, ਜਨਾਨੀ ਨੇ ਤਾਂ ਚੂਸ ਲਿਆ ਬੰਦੇ ਦਾ ਖੂਨ ਸਾਰਾ। ਕੱਟ ਹੀ ਲਿਆ ਇੱਕੋ ਹੀ ਆ ਪਿਆ ਯਾਰ, ਇੰਨੀ ਵਾਰ ਨਾ ਕਹੂ ਮੈਂ ਸੱਚੀ ਛੱਡ ਦਿੰਦੀ ਹੁੰਦੀ ਹਾਂ। ਆ ਗਏ ਫੇਰ ਆਪਣੀ ਜਗ੍ਹਾ ਤੇ ਯਾਰ, ਪਤਾ ਕੀ ਗੱਲ ਆ, ਇਹ ਕੰਮ ਹੀ ਤੁਹਾਡਾ ਵਾ ਬਾ, ਮੈਨੂੰ ਕੱਟਣਾ ਹੀ ਆਉਂਦਾ, ਬਣਾਉਣਾ ਵੀ ਬਹੁਤ ਘੱਟ ਆਉਂਦਾ। ਕੋਈ ਨਾ, ਮੈਂ ਤੁਹਾਨੂੰ ਕਿਹਾ ਤੁਸੀਂ ਬਣਾ ਵੀ ਦੇਣਾ। ਨੂੰ ਕਹਿੰਦੇ ਆ ਕਿ ਤੂੰ ਡਿਗਰੀ ਕੀਤੀ ਆ ਤੇ ਡਿਗਰੀ 'ਚ ਹਮੇਸ਼ਾ ਜਿਹਨਾਂ ਜਿਹੜੇ ਹੋਟਲ ਮੈਨੇਜਮੈਂਟ ਕਰਦੇ ਉਹਨਾਂ ਨੂੰ ਪਤਾ ਹੀ ਆ ਕਿ ਹਮੇਸ਼ਾ ਕੁਕਿੰਗ ਹੀ ਨਹੀਂ ਸਿਖਾਉਂਦੇ, ਉੱਥੇ ਬਹੁਤ ਕੁਛ ਸਿਖਾਉਂਦੇ, ਝਾੜੂ ਪੋਚਾ ਬੈਲ ਬੋਏ ਵੀ ਬਣਾਉਂਦੇ, ਬਹੁਤ ਕੁਛ ਹੁੰਦਾ ਕੰਮ, ਹੋਟਲ ਮੈਨੇਜਮੈਂਟ ਕੀਤੀ ਹੈ, ਨਾਮ ਦੀ ਆ ਬਸ, ਕੰਮ ਇੰਨਾ ਨਹੀਂ ਸਿਖਾਉਂਦੇ, ਬਸ ਨਾਮ ਦੀ ਡਿਗਰੀ ਆ। ਡਿਗਰੀ ਤਾਂ ਸਾਰੀ ਕੋਵਿਡ 'ਚ ਲੰਘੀ ਆ, ਕੋਵਿਡ ਟਾਈਮ 'ਚ ਇਹਨਾਂ ਦੀ ਸਾਰੀ ਡਿਗਰੀ ਲੰਘੀ ਆ, ਸੋ ਜਿੰਨਾ ਕੁ ਇਹਨਾਂ ਨੂੰ ਆਉਂਦਾ ਤੜਕੇ ਤੁੜਕੇ ਲੈਣੇ ਆਉਂਦੇ ਆ, ਸਬਜ਼ੀਆਂ ਸੁਬਜ਼ੀਆਂ ਬਣਾਉਣੀਆਂ ਆਉਂਦੀਆਂ ਵਾ। ਹੁਣ ਇੰਨਾ ਮੈਂ ਤਕੜਾ ਸ਼ੈਫ ਨਹੀਂ ਹੈਗਾ, ਬਸ ਮੈਂ ਟ੍ਰੇਨਿੰਗ ਕੀਤੀ ਹੈਗੀ ਆ ਹੋਟਲ ਮੈਨੇਜਮੈਂਟ ਹੋਟਲ 'ਤੇ, ਪਰ ਟ੍ਰੇਨਿੰਗ ਵੀ ਉਹਨਾਂ ਨੇ ਉਹਦੀ ਕਰਵਾਈ ਸਰਵਿਸ ਦੀ। ਪਿਆਜ਼ ਬਹੁਤ ਤੇਜ਼ ਆ, ਹੁਣ ਤੁਸੀਂ ਪਿਆਜ਼ ਤੋਂ ਬਾਅਦ ਟਮਾਟਰ ਅਤੇ ਹਰੀ ਮਿਰਚ ਵੀ ਕਰ ਦੋਗੇ? ਕਰ ਦਾਂਗਾ, ਸੌਖਾ ਹੀ ਆ। ਚਲੋ ਠੀਕ ਆ, ਸਬਜ਼ੀਆਂ ਆਪਾਂ ਦਿੱਤੀਆਂ ਕੱਟ, ਆਪਾਂ ਨਹੀਂ ਮੈਂ ਆਹੋ ਸ਼ਿਵਮ ਦੀ ਸਬਜ਼ੀਆਂ ਕੱਟਤੀਆਂ ਵਾ, ਹੁਣ ਮੈਂ ਲਾਉਂਗੀ ਤੜਕਾ। ਅਤੇ ਪਿਆਜ਼ ਆਪਾਂ ਲੰਬਾ ਲੰਬਾ ਕੱਟਿਆ ਅਤੇ ਟਮਾਟਰ ਅਤੇ ਹਰੀ ਮਿਰਚ ਤੇ ਦੇਖੀ ਆ, ਅਤੇ ਸਭ ਤੋਂ ਪਹਿਲਾਂ ਤੇਲ ਗਰਮ ਹੋ ਚੁੱਕਿਆ, ਆਪਾਂ ਇਹ 'ਚ ਪਾ ਦਈਏ ਜੀਰਾ। ਕਿੱਥੇ ਗਈ ਆ ਰਹੀ, ਇਸ ਤੋਂ ਬਾਅਦ ਆਪਾਂ ਨਾਲ ਹੀ ਪਾ ਦਈਏ ਪਿਆਜ਼। ਡਰੀ ਜਾਂਦੀ ਦੱਸ, ਮੇਰੇ ਸਿੱਖ ਪਈ ਆ। ਹਾਂ 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 ਬਸ, ਡਰਾ ਦੇ ਵੇਖ, ਡਰਨ ਦੀ ਦੱਸ, ਗੈਸ ਘੱਟ ਕਰ ਦੇ। ਚਲੋ ਹੁਣ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ, ਫਿਰ ਆਪਾਂ ਪਾਣਾ ਟਮਾਟਰ, ਨਹੀਂ ਨਮਕ। ਅੱਜ ਆਪਾਂ ਸੁਨੇਹਾ ਵਾਲਾ ਨੁਸਖਾ ਅਪਣਾਉਣ ਲੱਗੇ ਹਾਂ। ਹਾਂ, ਸੁਨੇਹਾ ਨੇ ਸਾਨੂੰ ਦੱਸਿਆ ਸੀਗਾ ਕਿ ਪਿਆਜ਼ ਤੋਂ ਬਾਅਦ ਨਮਕ ਪਾਇਆ ਕਰੋ, ਪਿਆਜ਼ ਜਲਦੀ ਭੁੱਜ ਜਾਂਦਾ, ਸੋ ਆਪਾਂ ਸੁਨੇਹਾ ਵਾਲਾ ਨੁਸਖਾ। ਵੈਸੇ ਪਾਪਾ ਮੇਰੇ ਟਮਾਟਰ ਤੋਂ ਬਾਅਦ ਪਾਉਂਦੇ ਆ ਕਿ ਟਮਾਟਰ ਗਲ ਜਾਣ। ਹਾਂ, ਇੱਕ ਤਾਂ ਸੁਨੇਹਾ ਨੇ ਜਿਹੜਾ ਰਾਜਮਾ ਬਣਾ ਕੇ ਸਿਆਪਾ ਪਾਤਾ ਨਾ ਤੇਰੇ ਭਾ ਦਾ। ਕਾਹਦਾ? ਤੁਹਾਨੂੰ ਨਹੀਂ ਪਤਾ ਕਾਹਦਾ? ਅੱਛਾ, ਅੱਗੇ ਸੁਨੇਹਾ ਨੂੰ ਕਹਿੰਦੇ ਭਰਾ ਤੂੰ ਨਾ ਬਣਾਇਆ ਕਰ, ਠੀਕ ਆ? ਸੁਨੇਹਾ ਯਾਰ ਤੂੰ ਮੇਰੇ ਘਰੇ ਆਉਂਦੀ ਆ ਨਾ, ਆਪਾਂ ਦੋਨਾਂ ਨੇ ਘਰੇ ਅੰਦਰ ਬਹਿ ਕੇ ਰੂਮ 'ਚ ਮਾਰਨੀਆਂ ਗੱਲਾਂ, ਤੂੰ ਟੈਨਸ਼ਨ ਨਹੀਂ ਲੈਣੀ, ਕੰਮ ਸਾਰਾ ਸ਼ਿਵਮ ਦੇ ਘਰ। ਜਾ ਜਾ ਆ ਵੇਖ ਲਓ ਫਿਰ ਤੋਂ, ਹਾਂ ਫਿਰ ਮਤਲਬ ਕਿ ਉਹ ਸਹੀ ਕਹਿੰਦੇ ਆ। ਆਹੋ, ਜਾ ਕਰਦਾ ਸ਼ਿਵਮ ਤੇ ਜਾ ਸੁਨੇਹਾ, ਏਂਜਲ ਦਾ ਲੱਭਦੀ ਆ ਬਹਾਨੇ, ਮੈਨੂੰ ਕੋਈ ਕੰਮ ਨਾ ਕਰਨਾ ਪਵੇ। ਕਿਉਂ ਇਤਨਾ ਬੋਲਦੇ ਯਾਰ, ਮੈਂ ਕਰਦੀ ਆ ਕੰਮ, ਇਤਨਾ ਨਾ ਬੋਲਿਆ ਕਰੋ ਪਲੀਜ਼। ਚਲੋ ਮੈਨੂੰ ਲਾਗਤਾ ਹੁਣ।
ਪੂਰੀਆਂ ਯਾਰ। ਚਲੋ ਕੋਈ ਨਾ, ਚਲੋ ਕੋਈ ਗੱਲ ਨੀ, ਪਰ ਨਹੀਂ ਵਧੀਆ ਯਾਰ, ਰਲ ਮਿਲ ਕੇ ਆਪਾਂ ਕਰਦੇ ਆ ਕੰਮ, ਸਗੋਂ ਮੈਨੂੰ ਵੀ ਵਧੀਆ ਲੱਗਦਾ ਤੇ ਇੰਜਨ ਚਲੋ ਵਧੀਆ ਲੱਗਦਾ ਹੀ ਲੱਗਦਾ। ਨਹੀਂ ਨਹੀਂ ਮੈਨੂੰ ਵਧੀਆ ਲੱਗਦਾ ਯਾਰ, ਰਲ ਮਿਲ ਕੇ ਕਰਨਾ ਚਾਹੀਦਾ ਕੰਮ। ਜਦੋਂ ਹੁਣ ਪਿਆਜ ਹੋ ਜਾਣ ਤੇ ਫਿਰ ਆਪਾਂ ਪਾਵਾਂਗੇ ਨਮਕ, ਫਿਰ ਪਾਵਾਂਗੇ ਟਮਾਟਰ ਤੇ ਹਰੀਆਂ ਮਿਰਚਾਂ। ਸੋ ਆਪਣਾ ਪਿਆਜ ਹੋ ਗਿਆ ਹੋਇਆ ਵਾ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਨਮਕ। ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਦੇਖ ਲਿਓ ਜਿੱਦਾਂ ਵੀ ਕੋਈ ਖਾਂਦਾ। ਹੁਣ ਇਹਦੇ ਚ ਆਪਾਂ ਨਮਕ ਪਾਤਾ, ਥੋੜੇ ਜਿਹੇ ਹੋਰ ਪੱਕ ਜਾਣ ਫਿਰ ਉਸ ਤੋਂ ਬਾਅਦ ਆਪਾਂ ਟਮਾਟਰ ਤੇ ਹਰੀ ਮਿਰਚ ਪਾਉਂਦੇ ਹਾਂ। ਹੁਣ ਆਪਾਂ ਇਹਦੇ ਚ ਪਾ ਦਾਂਗੇ ਟਮਾਟਰ ਤੇ ਹਰੀ ਮਿਰਚ। ਹੁਣ ਆਪਾਂ ਇਹਦੇ ਚ ਪਾ ਦਾਂਗੇ ਸਾਰੇ ਮਸਾਲੇ ਤੇ ਸਭ ਤੋਂ ਪਹਿਲਾਂ ਮੈਂ ਇਹ 'ਚ ਹਲਦੀ ਪਾਉਂਗੀ। ਹਲਦੀ ਸਿਰਫ ਮੈਂ ਅੱਧਾ ਸਪੂਨ ਹੀ ਪਾਉਣ ਲੱਗੀ ਹਾਂ। ਉਸ ਤੋਂ ਬਾਅਦ ਪਾਵਾਂਗੇ ਆਪਾਂ ਕਿਚਨ ਕਿੰਗ। ਕਿਚਨ ਕਿੰਗ ਮੈਂ ਪਾਉਂਗੀ ਡੇਢ ਸਪੂਨ। ਫਿਰ ਆਪਾਂ ਪਾਵਾਂਗੇ ਗਰਮ ਮਸਾਲਾ। ਗਰਮ ਮਸਾਲਾ ਵੀ ਮੈਂ ਡੇਢ ਸਪੂਨ ਪਾਉਂਗੀ। ਮਸਾਲੇ ਤੁਸੀਂ ਸਾਰੇ ਜਣੇ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ, ਕਈ ਤੇਜ਼ ਖਾਂਦੇ ਆ, ਕਈ ਘੱਟ ਖਾਂਦੇ ਆ, ਸਾਨੂੰ ਥੋੜ੍ਹਾ ਇੱਦਾਂ ਦਾ ਪਸੰਦ ਆ। ਅਤੇ ਬਾਕੀ ਨਮਕ ਆਪਾਂ ਆਲਰੇਡੀ ਪਾਤਾ ਸੀ, ਹੁਣ ਆਪਾਂ ਪਾਵਾਂਗੇ ਦੇਗੀ ਵਿੱਚ। ਦੇਗੀ ਵਿੱਚ ਵੀ ਮੈਂ ਡੇਢ ਸਪੂਨ ਹੀ ਪਾਉਂਗੀ। ਅਤੇ ਹੁਣ ਆਪਾਂ ਸਾਰੇ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ। ਮੈਂ ਨਾ ਇੱਕ ਚੀਜ਼ ਭੁੱਲ ਹੀ ਗਈ, ਮੈਂ ਨਾ ਜਿੰਜਰ ਗਾਰਲਿਕ ਪੇਸਟ ਪਾਉਣੀ ਭੁੱਲ ਗਈ। ਚਲੋ ਹੁਣ ਪਾ ਦਿੰਦੇ ਹਾਂ, ਕੋਈ ਨਾ ਦਿਮਾਗ 'ਚੋਂ ਨਿਕਲ ਗਿਆ। ਵੈਸੇ ਸੱਚੀ ਸੱਚੀ ਕਮੈਂਟਸ 'ਚ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਮਸਾਲਾ। ਮੈਨੂੰ ਤਾਂ ਵੇਖਣ 'ਚ ਬਹੁਤ ਜ਼ਿਆਦਾ ਯੰਮੀ ਲੱਗ ਰਿਹਾ, ਘੈਂਟ ਲੱਗਦਾ ਪਿਆ ਨਾ। ਸਟਾਰਟਿੰਗ 'ਚ ਸਾਨੂੰ ਲੱਗਾ ਸੀ ਕਿ ਨਹੀਂ ਬਣਨਾ, ਕਿਉਂਕਿ ਬੈਂਗਣ ਦਾ ਸੀਗਾ ਨਾ, ਹੋਏ ਨਹੀਂ ਜਦੋਂ ਗੈਸ 'ਤੇ। ਫਿਰ ਮੈਨੂੰ ਸੀਗਾ ਯਾਰ ਪਤਾ ਨਹੀਂ ਕਿੱਦਾਂ ਦਾ ਬਣੂਗਾ, ਫਸਟ ਟਾਈਮ ਟਰਾਈ ਕੀਤਾ ਜਿਹੜਾ ਬੋਇਲ ਕੀਤਾ। ਬਟ ਚਲੋ ਹੁਣ ਹੋਪ ਇਹ ਹੈ ਕਿ ਵਧੀਆ ਹੀ ਬਣਿਆ ਹੋਊਗਾ। ਹੁਣ ਆਪਾਂ ਇਹਦੇ 'ਚ ਪਾ ਦਾਂਗੇ ਮਟਰ। ਮਟਰ ਆਪਣੇ ਫਰੋਜ਼ਨ ਹੀ ਆ, ਸੋ ਆਪਾਂ ਇੱਦਾਂ ਹੀ ਪਲਟਣੇ ਨਹੀਂ ਆ, ਆਰਾਮ ਨਾਲ ਪਾਉਣੇ ਆ, ਜ਼ਿਆਦਾ ਵੀ ਨਾ ਪੈ ਜਾਣ। ਇੰਨਾ ਪਾ ਹੁਣ ਤਾਂ ਹੋਰ ਘੈਂਟ ਲੱਗਦਾ ਪਿਆ ਮਟਰ ਪਾ ਕੇ। ਹੁਣ ਆਪਾਂ ਇਹਦੇ 'ਚ ਪਾ ਦਾਂਗੇ ਥੋੜ੍ਹਾ ਜਿਹਾ ਪਾਣੀ, ਥੋੜ੍ਹਾ ਕੁ ਜਿਹਾ। ਸੋ ਹੁਣ ਆਪਾਂ ਪਾਣੀ ਪਾਤਾ, ਇਹਨੂੰ ਥੋੜ੍ਹੀ ਜਿਹੀ ਹੀਟ ਲਵਾ ਦਈਏ, ਥੋੜ੍ਹਾ ਪਾਣੀ ਥੋੜ੍ਹਾ ਜਿਹਾ ਉਬਲ ਜੇ, ਫਿਰ ਉਸ ਤੋਂ ਬਾਅਦ ਆਪਾਂ ਬੈਂਗਣ ਪਾ ਦਾਂਗੇ। ਇਹ ਹੈਗੀ ਆ ਫਾਈਨਲ ਲੁੱਕ ਆਪਣੇ ਮਸਾਲੇ ਦੀ, ਅਤੇ ਦੇਖੋ ਕਿੰਨਾ ਘੈਂਟ ਲੱਗਦਾ ਪਿਆ। ਅਤੇ ਹੁਣ ਆਪਾਂ ਇਹਦੇ 'ਚ ਪਾ ਦਾਂਗੇ ਬੈਂਗਣ। ਅਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਮਸਾਲੇ 'ਚ। ਗਾਈਸ ਆਪਾਂ ਚੰਗੀ ਤਰ੍ਹਾਂ ਇਹਨੂੰ ਮਸਾਲੇ 'ਚ ਮਿਕਸ ਕਰ ਦਿੱਤਾ, ਅਤੇ ਥੋੜ੍ਹੀ ਕੁ ਦੇਰ ਆਪਾਂ ਇਹਨੂੰ ਕਵਰ ਕਰ ਦਾਂਗੇ, ਥੋੜ੍ਹੀ ਕੁ ਦੇਰ ਹੀਟ ਲੱਗ ਜੇ, ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਛੇੜ ਦੇਵਾਂਗੇ। ਆਲਮੋਸਟ ਇਹ ਰੈਡੀ ਹੈਗਾ ਵਾ, ਫਿਰ ਹੁਣ ਆਪਾਂ ਟੇਸਟ ਕਰਕੇ ਦੇਖਦੇ ਹਾਂ ਕਿੱਦਾਂ ਦਾ ਬਣਿਆ। ਸੋ ਫਾਈਨਲੀ ਆਪਣਾ ਬੈਂਗਣ ਦਾ ਭਰਥਾ ਹੋ ਚੁੱਕਿਆ ਹੈ ਰੈਡੀ, ਅਤੇ ਮੈਂ ਪਲੇਟ 'ਚ ਪਾਇਆ ਸੀਗਾ। ਮੈਂ ਕਿਹਾ ਹੁਣ ਆਪਾਂ ਟੇਸਟ ਕਰਕੇ ਦੇਖਦੇ ਹਾਂ, ਫਿਰ ਆਪਾਂ ਤੁਹਾਨੂੰ ਰਿਵਿਊਜ਼ ਦਿੰਦੇ ਹਾਂ, ਆਪ ਹੀ ਬਣਾ ਕੇ ਆਪ ਹੀ ਰਿਵਿਊਜ਼ ਦਿੰਦੇ ਹਾਂ ਕਿ ਕਿੱਦਾਂ ਦਾ ਬਣਿਆ। ਸੋ ਹੁਣ ਆਪਾਂ ਕਰਦੇ ਹਾਂ ਟੇਸਟ। ਕਿੱਦਾਂ ਦਾ ਬਣਿਆ ਅੱਜ? ਹੋਇਆ ਕੀ? ਮੈਨੂੰ ਘਬਰਾਹਟ ਹੋ ਰਹੀ ਹੈ ਇਹਨੂੰ ਖਾ ਕੇ। ਕਿਉਂ? ਪਤਾ ਨਹੀਂ ਕਿੱਦਾਂ ਦਾ ਬਣਿਆ, ਟੇਸਟ ਕਰਕੇ ਵੇਖੋ। ਨਹੀਂ ਹੋਇਆ ਕੀ? ਮੈਨੂੰ ਨਹੀਂ ਪਤਾ ਕਮੀ ਕੀ ਕਿਸ ਚੀਜ਼ ਦੀ ਆ। ਮੈਂ ਇਹਨੂੰ ਖਾਧਾ, ਠੀਕ ਹੈ, ਮੈਨੂੰ ਪਹਿਲਾਂ ਸਵਾਦ ਲੱਗਾ ਯਾਰ। ਬੈਂਗਣ ਕੱਚੇ ਆ, ਕੱਚੇ ਆ, ਪਤਾ ਨਹੀਂ ਮੈਨੂੰ ਬੈਂਗਣ ਕੱਚੇ ਲੱਗ ਰਹੇ ਆ। ਬੈਂਗਣ ਚੋਂ ਸਮੈਲ ਆ ਰਹੀ ਆ, ਵਿੱਚ ਬੈਂਗਣ ਬੈਂਗਣ ਦੀ ਸਮੈਲ ਆ ਰਹੀ ਆ, ਸਹੀ ਕਿਉਂ ਨਹੀਂ ਬਣਿਆ ਮੈਨੂੰ ਸਮਝ ਨਹੀਂ ਆ ਰਹੀ। ਤੇਰੇ ਹੁਣ ਕਰੀ ਲਾ ਪਈ ਆ, ਮੈਨੂੰ ਵੋਮਿਟਿੰਗ ਆਉਣ ਲੱਗੀ ਸੀ ਖਾ ਕੇ। ਚੱਲ ਛੱਡ, ਨਹੀਂ ਸੇ ਬਣੇ ਫਿਰ ਖਾ ਕੇ ਵੇਖੋ ਹੁਣ ਤੂੰ। ਤੈਨੂੰ ਵੋਮਿਟਿੰਗ ਆ ਲਾ ਪਈ ਤੇ ਮੈਨੂੰ ਨਹੀਂ ਆਊਗੀ ਯਾਰ। ਯਾਰ ਚਲੋ ਮੈਂ ਟਰਾਈ ਕਰਦਾ, ਮੈਂ ਤੇ ਮੇਰਾ ਦਿਲ ਨਹੀਂ ਕਰਨ ਦੇ, ਜੇ ਇਹਨੂੰ ਸਹੀ ਲੱਗੇ ਤੇ ਮੈਨੂੰ ਸਵਾਹ ਲੱਗਣੇ ਆ। ਪਰ ਯਾਰ ਲੁੱਕ ਵਾਈਜ਼ ਤੇ ਬਹੁਤ ਵਧੀਆ ਲੱਗਣਦੇ ਆ, ਹਨਾ। ਪਤਾ ਨਹੀਂ ਤੁਸੀਂ ਖਾ ਕੇ ਵੇਖੋ ਕੀ ਕਮੀਆਂ, ਜਾਂ ਮੈਨੂੰ ਹੋਇਆ ਇਤਰਾ ਪਤਾ ਨਹੀਂ, ਜਦੋਂ ਮੈਂ ਮਤਲਬ ਖਾਦਾ ਮੈਨੂੰ ਬਾਹਰ ਆਉਣ ਨੂੰ ਕੀਤਾ, ਇਦਾਂ ਦਾ ਬਣਿਆ ਕਿ ਮਤਲਬ ਕਿ ਤੈਨੂੰ ਬੈਂਗਣ ਬੈਂਗਣਾਂ ਦੀ ਸਮੈਲ ਆਉਂਦੀ ਪਈ ਆ, ਫਿਰ ਉਹਦੇ ਕਰਕੇ ਘਬਰਾਹਟ ਹੋ ਰਹੀ ਯਾਰ। ਇੱਕ ਤੇ ਆਪਾਂ ਪਤਾ ਹੀ ਕੀਤਾ, ਮੈਂ ਤੁਹਾਨੂੰ ਸਹੀ ਦੱਸਾਂ
ਮੈਂ ਜਦੋਂ ਵੀ ਇੱਥੇ ਬਣਾਇਆ ਆਪਾਂ ਓਵਨ ਤੇ ਬਣਾਉਂਦੇ ਹੁੰਦੇ ਸੀ, ਮਾਈਕ੍ਰੋਵੇਵ ਤੇ ਬਣਾਈਦਾ ਸੀ ਜਾਂ ਆਪਾਂ ਗੈਸ ਤੇ। ਗੈਸ ਪਰ ਆਹ ਵਾਲੀ ਗੈਸ ਨਹੀਂ ਕਦੀ ਉਹ ਮੇਰੀ ਬਣਾਇਆ। ਫਰੈਂਡ ਦੇ ਘਰੇ ਦੂਸਰੀ ਗੈਸ ਹੈਗੀ ਆ ਇੰਡੀਆ ਵਾਲੀ, ਆਪਾਂ ਉਹਤੇ ਜਾਂ ਮਾਈਕ੍ਰੋਵੇਵ ਤੇ ਕੀਤਾ, ਬਟ ਆਹ ਆਪਾਂ ਜਿਹੜਾ ਬੋਇਲ ਕੀਤਾ ਨਾ, ਮੈਨੂੰ ਇਦਾਂ ਲੱਗ ਰਿਹਾ ਬੈਂਗਣਾਂ ਦੀ ਸਮੈਲ ਕਿਉਂ, ਜਾਂ ਦੱਸਿਓ ਅਗਰ ਕਿਸੇ ਨੂੰ ਪਤਾ ਕਮੈਂਟਸ 'ਚ, ਕਿਉਂਕਿ ਮੈਂ ਜਦੋਂ ਖਾਧਾ ਨਾ ਉਹ ਬੈਂਗਣਾਂ ਦੀ ਹੁਣ ਸਮੈਲ ਇਹਦਾ ਮੈਨੂੰ ਦੱਸ ਕਰੀਏ ਕੀ, ਤੁਸੀਂ ਟੇਸਟ ਕਰਕੇ ਦੱਸੋ ਪਹਿਲਾਂ ਮੈਂ ਕੀ ਨਹੀਂ ਫਿਰ ਕਮੀ ਕਰਨਾ ਜੇ ਤੈਨੂੰ ਨਹੀਂ ਸਹੀ ਆ। ਪਲੀਜ਼ ਲੱਗਾ। ਦੱਸੋ ਤਾਂ ਸਹੀ ਕਮੀ ਕੀ ਹੈ। ਦੇਖੋ ਯਾਰ ਮੈਨੂੰ ਹੀ ਲੱਗ ਰਿਹਾ ਕਿ ਮਟਰ ਮਟਰ ਨਾ ਖਾਈ ਜਾਓ। ਬੈਂਗਣ ਕੀ ਹੋਇਆ ਬੈਂਗਣ ਨੂੰ? ਕੱਚੇ ਬੈਂਗਣ ਕੱਚੇ ਬੋਇਲ ਬੋਇਲ ਨੂੰ ਕੀ ਜਿਹੜਾ ਆਪਾਂ ਗੈਸ ਤੇ ਭੁੰਨਦੇ ਆ ਨਾ ਬੈਂਗਣਾਂ ਨੂੰ, ਉਹ ਮਿਸਾਂ ਨਾਲ ਵਧੀਆ ਬਣਦਾ ਬੋਇਲ ਵਾਲਾ, ਜਾਂ ਸਾਡੇ ਕੋਲ ਵਧੀਆ ਨਹੀਂ ਬਣਿਆ ਐਵੇਂ ਤੁਹਾਨੂੰ ਕਹੀਏ, ਸਾਡੇ ਕੋਲ ਵਧੀਆ ਨਹੀਂ ਬਣਿਆ ਐਵੇਂ ਝੂਠ ਨਹੀਂ ਬੋਲਣਾ, ਨਹੀਂ ਵਧੀਆ ਬਣਿਆ ਸਬਜ਼ੀ, ਮਤਲਬ ਕਿ ਨਹੀਂ ਵਧੀਆ ਬਣੀ ਹੈ, ਪਹਿਲੀ ਵਾਰੀ ਆ ਜ਼ਿੰਦਗੀ 'ਚ ਸਬਜ਼ੀ ਵਧੀਆ ਬਣੀ ਨਹੀਂ ਯਾਰ, ਸਬਜ਼ੀ ਨਹੀਂ ਵਧੀਆ ਬਣੀ, ਪਤਾ ਨਹੀਂ ਕੀ ਹੋ ਗਿਆ ਅੱਜ ਸਬਜ਼ੀ ਨੂੰ, ਮੈਨੂੰ ਤਾਂ ਘਬਰਾਹਟ ਹੋਣ ਲੱਗ ਗਈ ਬੈਂਗਣਾ ਆਪਾਂ ਕਰਕੇ। ਤੁਹਾਨੂੰ ਝੂਠ ਨਹੀਂ ਬੋਲਣਾ, ਤੁਸੀਂ ਚੈੱਕ ਕਰ ਲਓ ਆਹ ਰੋਟੀਆਂ ਬਣੀਆਂ ਨਾ, ਸਿਰਫ ਸਿੰਪਲ ਰੋਟੀਆਂ ਵਾ, ਸਬਜ਼ੀ ਆਪਾਂ ਆਹੀ ਸੋਚੀ ਆਹੀ ਖਾਵਾਂਗੇ। ਆਪਾਂ ਤਾਂ ਸਗੋਂ ਇੱਧਰ ਦਹੀਂ ਕੱਢਿਆ ਸੀਗਾ ਕਿ ਚੱਲ ਆਪਾਂ ਦਹੀਂ ਪਕੌੜੀਆਂ ਪਾ ਲਾਂਗੇ, ਨਾਲ ਭੜਥਾ ਹੋ ਚੁੱਕਾ ਨਾਲ ਰੋਟੀ, ਬਟ ਸੋ ਰੋਂਗ ਬਣ ਗਿਆ ਥੋੜ੍ਹਾ ਅੱਜ, ਬਾਕੀ ਹੁਣ ਪਤਾ ਝੂਠ ਨਹੀਂ ਲੱਗ ਰਿਹਾ ਸਾਡੇ ਕੋਲ ਗਲਤੀ ਕੀ ਹੋਈ ਆ। ਅਗਰ ਕਿਸੇ ਨੂੰ ਮੇਰੇ ਪਤਾ ਹਿਸਾਬ ਨਾਲ, ਤੇ ਮੇਰੇ ਹਿਸਾਬ ਨਾਲ ਨਾ ਬੋਇਲ ਜਿਹੜਾ ਆਪਾਂ ਕੀਤਾ ਨਾ ਮੇਰੇ ਅਕੋਰਡਿੰਗਲੀ, ਮਤਲਬ ਕਿ ਆਪਾਂ ਇੱਕ ਜਾਂ ਦੋ ਸੀਟੀਆਂ ਪਾਈਆਂ ਸੀ ਨਾ, ਉਹ ਚੰਗੀ ਤਰ੍ਹਾਂ ਹੋਇਆ ਨਹੀਂ ਸੀ, ਇਹ ਬੋਇਲ ਨਹੀਂ ਹੋਇਆ। ਨਹੀਂ ਯਾਰ, ਬਟ ਹੁਣ ਇਹ ਆ ਕਿ ਆਪਾਂ, ਚਲੋ ਆਪਾਂ ਦੇਖਦੇ ਆ ਇਹਨੂੰ ਹੀਟ ਲਵਾਉਂਦੇ ਆ, ਫਿਰ ਵੇਖਦੇ ਜੇ ਸਹੀ ਨਹੀਂ, ਪਰ ਹੁੰਦਾ ਨਹੀਂ ਤੇ ਹੋਣਾ ਯਾਰ, ਨਹੀਂ ਹੋਰ ਕਿੰਨੀ ਹੀਟ ਦਵਾਉਣੀ ਇਹਨੂੰ, ਛੱਡ ਆਪਾਂ ਆਲਰੇਡੀ ਇਹਨੂੰ ਬਹੁਤ ਸੇਕਾ ਦਵਾਇਆ, ਬਟ ਫਿਰ ਵੀ ਇਹ ਸਹੀ ਉਦੋਂ ਨਹੀਂ ਵੀ ਹੁੰਦਾ ਆ ਰਹੀ ਪਿਆ। ਸੀ ਸਮੈਲ ਨਾ, ਸਮੈਲ ਤਾਂ ਸਾਨੂੰ ਪਹਿਲਾਂ ਵੀ ਆ ਰਹੀ ਸੀ, ਸਾਨੂੰ ਲੱਗਾ ਸੀਗਾ ਕਿ ਚਲੋ ਇਹਨੂੰ ਹੋ ਹੀਟ ਜੂਗਾ ਦਵਾਉਂਦੇ ਆ ਤਾਂ ਹੋ ਸਹੀ ਹੋ ਜੂਗਾ, ਬਟ ਇਹ ਥੋੜਾ ਰੋਂਗ ਬਣ ਗਿਆ, ਉਹਦੇ ਲਈ ਆਪਾਂ ਹੁਣ ਸੋਰੀ ਕਹਿ ਸਕਦੇ ਆ ਹਨਾ, ਟਰਾਈ ਨਾ ਕਰੀਓ ਬੋਇਲ ਵਾਲਾ ਸੀਨ, ਮਤਲਬ ਕਿ ਜਿਹਨੂੰ ਆਉਂਦਾ ਉਹ ਕਰ ਸਕਦਾ ਪਰ ਸਾਨੂੰ ਨਹੀਂ ਆਉਂਦਾ। ਯਾਰ ਮੰਮੀ ਬੋਇਲ ਕਰਕੇ ਮੇਰੇ ਬਣਾਉਂਦੇ ਆ, ਬਟ ਵਧੀਆ ਬਣ ਜਾਂਦਾ, ਉਹ ਕਿੱਦਾਂ ਬਣਾਉਂਦੇ ਆ ਮੈਨੂੰ ਸਮਝ ਨਹੀਂ ਆਈ। ਸਾਨੂੰ ਵੀਡੀਓ ਕਾਲ ਕਰਨੀ ਚਾਹੀਦੀ ਅੱਜ ਯਾਰ, ਮੇਰੇ ਅੱਛਾ ਅੱਜ ਆਪਾਂ ਨੋਟ ਕਰੋ, ਅੱਜ ਆਪਾਂ ਕਿਸੇ ਵੀ ਮੰਮੀ ਨੂੰ ਜਾਂ ਘਰਦਿਆਂ ਨੂੰ ਵੀਡੀਓ ਕਾਲ ਨਹੀਂ ਲਾਈ, ਨਹੀਂ ਨਹੀਂ ਪਤਾ ਆਪਾਂ ਕੀ ਆ, ਇੱਦਾਂ ਹੀ ਬਣਾਇਆ। ਮੈਂ ਤੁਹਾਨੂੰ ਦੱਸਦਾ, ਇਹ 'ਚ ਦੋ ਕਮੀਆਂ ਹੋ ਸਕਦੀਆਂ, ਜਾਂ ਤਾਂ ਆਪਾਂ ਚੰਗੀ ਤਰ੍ਹਾਂ ਬੋਇਲ ਨਹੀਂ ਕੀਤੇ, ਜਾਂ ਆਪਾਂ ਬੀਜ ਨਹੀਂ ਕੱਢੇ ਮੇਰੇ ਅਕੋਰਡਿੰਗਲੀ। ਪਰ ਆਪਾਂ ਪਿਛਲੀ ਵਾਰੀ ਜਦੋਂ ਬਣਾਇਆ ਸੀ ਤੇਰੀ ਫਰੈਂਡ ਵੱਲ, ਉਦੋਂ ਆਪਾਂ ਓਵਨ 'ਤੇ ਕੀਤਾ ਸੀ ਗਰਮ, ਹੈ ਨਾ ਮਾਈਕ੍ਰੋਵੇਵ 'ਚ ਗਰਮ ਕੀਤਾ ਸੀ, ਪਰ ਉਦੋਂ ਵੀ ਆਪਾਂ ਬੀਜ ਨਹੀਂ ਕੱਢੇ, ਉਦੋਂ ਵੀ ਵਧੀਆ ਬਣ ਗਿਆ ਸੀ। ਇਹ ਦੋ ਹੋ ਸਕਦਾ, ਬਾਕੀ ਦੀ ਕਮੈਂਟ 'ਚ ਦੱਸਦੀ ਹਾਂ, ਪਰ ਮਜ਼ਾ ਨਹੀਂ ਆਇਆ। ਹੁਣ ਰੋਟੀ ਵੇਖਦੇ ਕਿੰਨਾ ਖਾਈਏ, ਚਾਰ ਨਾ ਖਾਣੀ ਪੈਣੀ ਆ, ਕੀ ਕਰ ਸਕਦੇ ਹਾਂ, ਨਹੀਂ ਤਾਂ ਸਬਜ਼ੀ ਵੈਸੇ ਬਾਹਰੋਂ ਆਉਣੀ ਨਹੀਂ ਹੁਣ, ਚਲੋ ਚਾਰ ਨਾ ਹੀ ਖਾਂਦੇ ਹਾਂ ਜੇ ਤੁਹਾਨੂੰ, ਮੈਨੂੰ ਤਾਂ ਵਧੀਆ ਨਹੀਂ ਲੱਗਾ। ਵੈਸੇ ਤਾਂ ਮੈਂ ਇਹਦੇ ਨੰਬਰ, ਮੈਂ ਸੱਚੀ ਦੱਸਾਂ ਮੈਂ 5 ਵੀ ਨਹੀਂ 4 ਵੀ ਦੇ ਨਹੀਂ ਸਕਦਾ। ਯਾਰ ਬੜਾ ਦੁੱਖ ਲੱਗਣ ਦਿਆ, ਇੰਨੀ ਰੀਜਨਲ ਬਣਾਇਆ ਪਰ ਸਹੀ ਕਿਉਂ ਨਹੀਂ ਬਣਿਆ ਅੱਜ। ਚਲ ਕੋਈ ਨਾ, ਛੱਡ ਹੁਣ ਹਨਾ, ਮੈਂ ਚਾਰ ਨਾ ਹੀ ਖਾਈਏ ਫੁਲਕੇ, ਚਾਰ ਨਾ ਹੀ ਖਾਣੇ ਪੈਣੇ, ਇਹਦਾ ਕਰੀਏ ਕਿ ਯਾਰ ਇਹ ਤਾਂ ਹੁਣ ਕੁਛ ਨਹੀਂ ਕਰ ਸਕਦੇ, ਵੇਸਟ ਆ। ਆਪਾਂ ਸਾਨੂੰ ਨਾ ਪਹਿਲਾਂ ਵੀ ਬੈਂਗਣਾਂ ਦੀ ਸਮੈਲ ਆਉਂਦੀ ਸੀਗੀ, ਆਪਾਂ ਇਹਨੂੰ ਹੀਟ ਲਵਾਈ ਗਏ ਕਿ ਸ਼ਾਇਦ ਕੱਚੇ ਪੱਕ ਜਾਣਗੇ। ਆਪਾਂ ਮਤਲਬ ਵਲੌਗ ਦੇ ਕਲਿੱਪਸ ਨਹੀਂ ਲਿੱਤੀਆਂ, ਬਟ ਆਪਾਂ ਇਹਨੂੰ ਕਾਫੀ ਹੀਟ ਲਵਾ ਕੇ ਹੁਣ ਜਾ ਕੇ ਆਪਾਂ ਫਾਈਨਲੀ ਕਿਹਾ ਸੀ ਕਿ ਹਾਂ ਰੈਡੀ ਆ, ਬਟ ਹਲੇ ਵੀ ਨਹੀਂ ਹੋ ਰਿਹਾ। ਮੈਨੂੰ ਲੱਗਦਾ ਕਿ ਤੁਸੀਂ ਕਮੈਂਟਸ 'ਚ ਜ਼ਰੂਰ ਦੱਸਿਓ ਸਾਡੇ ਤੋਂ ਕੀ ਗਲਤੀ ਹੋਈ ਹੈ, ਤਾਂ ਕਿ ਆਪਾਂ ਨੈਕਸਟ ਟਾਈਮ ਬਣਾਈਏ ਤੇ ਉਹ ਗਲਤੀ ਨਾ ਕਰੀਏ। ਪਰ ਨੈਕਸਟ ਟਾਈਮ ਮੈਂ ਸੋਚਿਆ ਹੁਣ ਦੋ ਮਾਈਕ੍ਰੋਵੇਵ ਲੈਣਾ ਵਾ, ਆਪਾਂ ਉਹ 'ਚ ਬਣਾ ਕੇ ਨਾ, ਮਾਈਕ੍ਰੋਵੇਵ 'ਚ ਜਿੰਨੀ ਵਾਰ ਬਣਾਇਆ ਸਹੀ ਬਣਿਆ, ਸਹੀ ਬਣਿਆ। ਬੋਇਲ ਕਰਕੇ ਜ਼ਿੰਦਗੀ 'ਚ ਫਸਟ ਟਾਈਮ ਮੈਂ ਆਪਾਂ ਬਣਾਇਆ ਸੀਗਾ ਤੇ ਸਹੀ ਨਹੀਂ ਬਣਿਆ, ਕਦੇ ਨਹੀਂ ਚਲੋ ਹੋਇਆ ਇੱਦਾਂ ਕਿ ਭਰਤਾ ਸਹੀ ਨਾ ਬਣਿਆ ਹੋਇਆ ਸਾਡੇ ਤੋਂ, ਪਰ ਜਿਹੜਾ ਬੋਇਲ, ਚਲ ਅੱਜ ਨੰਬਰ ਦੱਸ ਦੇ ਕਿੰਨੇ 'ਚ ਕਿੰਨੇ, ਮੈਂ ਕੀ ਬੋਲਾਂ, 10 'ਚੋਂ ਮੈਂ ਤੇ 3-4 ਹੀ ਦਊਂਗੀ। ਹਾਂ ਥੋੜੀ ਬਹੁਤ ਮਿਹਨਤ ਕੀਤੀ, ਓਨੈਸਟ ਰਿਵਿਊਜ਼ ਆ। ਉਦਾਂ ਮੈਂ ਦੱਸਾਂ ਮਸਾਲੇ ਵਗੈਰਾ ਇਹਦੇ ਵਿੱਚ ਸਹੀ ਆ, ਬਾਕੀ ਉਹ ਟੇਸਟ ਵਾਈਜ਼ ਸਹੀ ਆ, ਬਸ ਉਹ ਠੀਕ ਆ, ਬੈਂਗਣਾਂ ਦੀ ਆ ਰਹੀ ਆ ਉਹ, ਬਸ ਜਿਹੜੇ ਬੈਂਗਣ ਆ ਬੈਂਗਣ ਦੀ ਸਮੈਲ ਆ ਰਹੀ ਹੈ, ਇਦਾਂ ਲੱਗ ਰਿਹਾ ਬੈਂਗਣ ਕੱਚੇ ਹੁੰਦੇ ਆ, ਕੱਚੇ ਆ, ਅਦਰਵਾਈਜ਼ ਮਸਾਲੇ ਵਗੈਰਾ ਉਵੇਂ ਸਭ ਕੁਝ ਠੀਕ ਆ। ਬਾਕੀ ਹੁਣ ਇੱਥੇ ਕਰ ਦਈਏ ਫਿਰ ਵਲੌਗ ਦਾ ਐਂਡ, ਨੈਕਸਟ ਟਾਈਮ ਕਰ ਦਿੰਦੇ ਵਲੌਗ ਦਾ ਐਂਡ, ਸੋਰੀ ਆ ਸਾਰਿਆਂ ਨੂੰ, ਚਲੋ ਕਦੀ ਕਦੀ ਗਲਤ ਵੀ ਬਣਨੇ ਜਾਂਦੀ ਆ ਸਬਜ਼ੀ, ਆਪਾਂ ਕਿਹੜਾ ਪਰਫੈਕਟ ਹੈਗੇ ਆ, ਤੇ ਇੱਥੇ ਆਪਾਂ ਵਲੌਗ ਦਾ ਐਂਡ ਕਰ ਦਿੰਦੇ ਆ। ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਏ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਤੇ ਚੈਨਲ ਨੂੰ ਸਬਸਕ੍ਰਾਈਬ ਵੀ, ਹੁਣ ਆਪਾਂ ਚਾਰ ਨਾਲ ਰੋਟੀ ਖਾਂਦੇ ਆ ਫਿਰ, ਚਲੋ।